ਗੱਗਰ ਦਰਿਆ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਇਹ ਤਸਵੀਰਾਂ ਨੇ ਸਰਦੂਲਗੜ੍ਹ ਦੀਆਂ ਜਿੱਥੇ ਕਿ ਸੜਕਾਂ ਤੱਕ ਗੱਗਰ ਦਾ ਪਾਣੀ ਪਹੁੰਚ ਚੁੱਕਾ ਹੈ। ਤੁਹਾਨੂੰ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਹੀ ਲਗਾਤਾਰ ਲੋਕਾਂ ਦੇ ਵੱਲੋਂ ਉੱਥੇ ਮਿੱਟੀ ਦੇ ਬੰਨ ਬਣਾਏ ਜਾ ਰਹੇ ਸੀ ਤਾਂ ਕਿ ਇਹ ਪਾਣੀ ਜਿਹੜਾ ਆ ਉਹ ਉਹਨਾਂ ਦੇ ਘਰਾਂ ਤੱਕ ਨਾ ਪਹੁੰਚ ਸਕੇ। ਪਰ ਇਹ ਰਾਤ ਦੀ तस्वीर जेड़ी है लगातार सामने आ रही है ते हुण ए जेड़ी तस्वीर है ए सरदूलगढ़ दी सड़का दी है जिथे की घग्गर दा पानी आया होया है। लगातार तस्वीरां असी तुहानू दिखा रहे हां कि किस तरह घग्गर दे पानी ने कहर मचाया होया है। पूरे उत्तर भारत दे विच जिथे हड़ा दा माहौल है, हड़ दे कारण पंजाब दे विच तबाही दीआं तस्वीरां लगातार सामने आ रही है ते घग्गर शांत होण दा नाम नहीं लै रहा, जिस दे विच पानी दा स्तर दिन प्रतिदिन वधदा ही जा रहा है। इसे नूं लै के हुण इह जिहड़ा सरदूलगढ़ दी तस्वीर है उह लगातार सामने आई है, जिथे कि लोकां दे वल्लों लगातार इस कहर तों बचण दे लई इत्थे बन्न बणाए जा रहे सी। उत्थे ही रात तों ही इक घग्गर दा पानी सड़कां ते आउणा शुरू हो गया ते इह तस्वीरां ने सरदूलगढ़ दीआं सड़कां दीआं इह हाईवे है जिथे की पानी इकट्ठा होया होया है। घग्गर दरिया दा पानी हुण लोकां दे घरां तक पहुंच गया है। ए तस्वीरां ने सरदूलगढ़ दीआं जिथे की सड़कां तक घग्गर दा पानी पहुंच चुका है। तुहानू दस दईए पिछले कुछ दिनां तों ही लगातार लोकां दे वल्लों उत्थे मिट्टी दे बन्न बणाए जा रहे सी तां कि इह पानी जिहड़ा आ ਉਹ ਉਹਨਾਂ ਦੇ ਘਰਾਂ ਤੱਕ ਨਾ ਪਹੁੰਚ ਸਕੇ। ਪਰ ਇਹ ਰਾਤ ਦੀ ਤਸਵੀਰ ਜਿਹੜੀ ਹੈ ਲਗਾਤਾਰ ਸਾਹਮਣੇ ਆ ਰਹੀ ਹੈ ਤੇ ਹੁਣ ਇਹ ਜਿਹੜੀ ਤਸਵੀਰ ਹੈ ਇਹ ਸਰਦੂਲਗੜ੍ਹ ਦੀਆਂ ਸੜਕਾਂ ਦੀ ਹੈ ਜਿੱਥੇ ਕਿ ਘੱਗਰ ਦਾ ਪਾਣੀ ਆਇਆ ਹੋਇਆ ਹੈ। ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਘੱਗਰ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਪੂਰੇ ਉੱਤਰ ਭਾਰਤ ਦੇ ਵਿੱਚ ਜਿੱਥੇ ਹੜਾ ਦਾ ਮਾਹੌਲ ਹੈ, ਹੜ ਦੇ ਕਾਰਨ ਪੰਜਾਬ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹੈ ਤੇ ਘੱਗਰ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਵਿੱਚ ਪਾਣੀ ਦਾ ਸਤਰ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਇਸੇ ਨੂੰ ਲੈ ਕੇ ਹੁਣ ਇਹ ਜਿਹੜਾ ਸਰਦੂਲਗੜ੍ਹ ਦੀ ਤਸਵੀਰ ਹੈ ਉਹ ਲਗਾਤਾਰ ਸਾਹਮਣੇ ਆਈ ਹੈ, ਜਿੱਥੇ ਕਿ ਲੋਕਾਂ ਦੇ ਵੱਲੋਂ ਲਗਾਤਾਰ ਇਸ ਕਹਿਰ ਤੋਂ ਬਚਣ ਦੇ ਲਈ ਇੱਥੇ ਬੰਨ ਬਣਾਏ ਜਾ ਰਹੇ ਸੀ। ਉੱਥੇ ਹੀ ਰਾਤ ਤੋਂ ਹੀ ਇੱਕ ਘੱਗਰ ਦਾ ਪਾਣੀ ਸੜਕਾਂ ਤੇ ਆਉਣਾ ਸ਼ੁਰੂ ਹੋ ਗਿਆ ਤੇ ਇਹ ਤਸਵੀਰਾਂ ਨੇ ਸਰਦੂਲਗੜ੍ਹ ਦੀਆਂ ਸੜਕਾਂ ਦੀਆਂ, ਇਹ ਹਾਈਵੇ ਹੈ ਜਿੱਥੇ ਕਿ ਪਾਣੀ ਇਕੱਠਾ ਹੋਇਆ ਹੋਇਆ ਹੈ। ਘੱਗਰ ਦਰਿਆ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਇਹ ਤਸਵੀਰਾਂ ਨੇ ਸਰਦੂਲਗੜ੍ਹ ਦੀਆਂ ਜਿੱਥੇ ਕਿ ਸੜਕਾਂ ਤੱਕ ਘੱਗਰ ਦਾ ਪਾਣੀ ਪਹੁੰਚ ਚੁੱਕਾ ਹੈ। ਤੁਹਾਨੂੰ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਹੀ ਲਗਾਤਾਰ ਲੋਕਾਂ ਦੇ ਵੱਲੋਂ ਉੱਥੇ ਮਿੱਟੀ ਦੇ ਬੰਨ ਬਣਾਏ ਜਾ ਰਹੇ ਸੀ ਤਾਂ ਕਿ ਇਹ ਪਾਣੀ ਜਿਹੜਾ ਆ ਉਹ ਉਹਨਾਂ ਦੇ ਘਰਾਂ ਤੱਕ ਨਾ ਪਹੁੰਚ ਸਕੇ। ਪਰ ਇਹ ਰਾਤ ਦੀ ਤਸਵੀਰ ਜਿਹੜੀ ਹੈ ਲਗਾਤਾਰ ਸਾਹਮਣੇ ਆ ਰਹੀ ਹੈ ਤੇ ਹੁਣ ਇਹ ਜਿਹੜੀ ਤਸਵੀਰ ਹੈ ਇਹ ਸਰਦੂਲਗੜ੍ਹ ਦੀਆਂ ਸੜਕਾਂ ਦੀ ਹੈ ਜਿੱਥੇ ਕਿ ਘੱਗਰ ਦਾ ਪਾਣੀ ਆਇਆ ਹੋਇਆ ਹੈ। ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਘੱਗਰ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਪੂਰੇ ਉੱਤਰ ਭਾਰਤ ਦੇ ਵਿੱਚ ਜਿੱਥੇ ਹੜਾ ਦਾ ਮਾਹੌਲ ਹੈ, ਹੜ ਦੇ ਕਾਰਨ ਪੰਜਾਬ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹੈ ਤੇ ਘੱਗਰ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਵਿੱਚ ਪਾਣੀ ਦਾ ਸਤਰ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਇਸੇ ਨੂੰ ਲੈ ਕੇ ਹੁਣ ਇਹ ਜਿਹੜਾ ਸਰਦੂਲਗੜ੍ਹ ਦੀ ਤਸਵੀਰ ਹੈ ਉਹ ਲਗਾਤਾਰ ਸਾਹਮਣੇ ਆਈ ਹੈ, ਜਿੱਥੇ ਕਿ ਲੋਕਾਂ ਦੇ ਵੱਲੋਂ ਲਗਾਤਾਰ ਇਸ ਕਹਿਰ ਤੋਂ ਬਚਣ ਦੇ ਲਈ ਇੱਥੇ ਬੰਨ ਬਣਾਏ ਜਾ ਰਹੇ ਸੀ। ਉੱਥੇ ਹੀ ਰਾਤ ਤੋਂ ਹੀ ਇੱਕ ਘੱਗਰ ਦਾ ਪਾਣੀ ਸੜਕਾਂ ਤੇ ਆਉਣਾ ਸ਼ੁਰੂ ਹੋ ਗਿਆ ਤੇ ਇਹ ਤਸਵੀਰਾਂ ਨੇ ਸਰਦੂਲਗੜ੍ਹ ਦੀਆਂ ਸੜਕਾਂ ਦੀਆਂ, ਇਹ ਹਾਈਵੇ ਹੈ ਜਿੱਥੇ ਕਿ ਪਾਣੀ ਇਕੱਠਾ ਹੋਇਆ ਹੋਇਆ ਹੈ।